ਅਸਲਾਮ ਵਾਲੇਕਮ ਟਰੈਕਟਰ ਪੁਆਇੰਟ ਯੂਟਿਊਬ ਚੈਨਲ 'ਚ ਖੁਸ਼ ਆਮਦੀ ਜੀ ਦੋਸਤੋ। MF 240 ਦੇ ਪਿੱਛੇ 9 ਦੇ ਕਲਟੀਵੇਟਰ ਆ ਅਤੇ ਕਣਕ ਦਾ ਵੱਢ ਸੀਗਾ ਅਤੇ ਚਰੀ ਬੀਜਣੀ ਆ ਜੀ ਇਹਦੇ ਵਿੱਚ ਅਤੇ ਸ਼ਾਮ ਦਾ ਟਾਈਮ ਆ ਜੀ ਅਤੇ ਤੁਹਾਨੂੰ ਇਹਦੀ ਹਲਾਂ ਦੀ ਜਿਹੜੀ ਪਰਫੋਰਮੈਂਸ ਵੀਡੀਓ ਚੈੱਕ ਕਰਵਾਉਂਦੇ ਹਾਂ ਜੀ ਕਿਹੋ ਜਿਹੀ ਹੈ। ਜਿਹੜੇ ਆ ਜੀ ਹਲਾਂ ਦੇ ਉਹ ਥੋੜ੍ਹੇ ਥੋੜ੍ਹੇ ਲੂਜ਼ ਆ ਹਿੱਲ ਰਹੇ ਆ ਜੀ। ਥੋੜ੍ਹਾ ਜਿਹਾ ਥਾਂ ਸੀਗਾ ਜੀ, ਵੈਸੇ ਤਾਂ ਕਹਿ ਲਓ ਕਿ 3 ਕਨਾਲਾਂ ਦੇ ਕਰੀਬ ਸੀ, ਲੇਕਿਨ ਇੱਕ ਸਾਈਡ 'ਤੇ ਚਰੀ ਕਹਿ ਲਓ ਕਿ ਹੈਗੀ ਆ ਦੀ, ਇੱਕ ਸਾਈਡ 'ਤੇ ਨਹੀਂ ਹੈ, ਅਤੇ ਇਸ ਕਰਕੇ ਉਹਦੇ ਵਿੱਚ ਦੁਬਾਰਾ ਜਿਹੜੀ ਫਿਰ ਚਰੀ ਦਾ ਘੇਰਾ ਕੀਤਾ ਜੀ, ਅਤੇ ਇਸ ਕਰਕੇ ਕਹਿੰਦੇ ਜੀ ਇੱਕ ਵਾਰੀ ਵਾਹ ਕੇ ਅਤੇ ਉੱਤੋਂ ਸੁਹਾਗਾ ਦੇ ਦਈਏ ਜੀ। ਜੀ ਪਹਿਲੇ ਵਾਹ ਕੇ ਬੀਜੀ ਸੀ ਜੀ ਅਤੇ ਕਲਰ ਵਾਲੀ ਜਗ੍ਹਾ ਵਾ, ਅਤੇ ਇਸ ਕਰਕੇ ਇੱਕ ਸਾਈਡ 'ਤੇ ਜਿਹੜੀ ਕਹਿ ਲਓ ਕਿ ਉਹ ਚਰੀ ਹੋ ਗਈ ਹੈ, ਅਤੇ ਦੂਸਰੀ ਸਾਈਡ 'ਤੇ ਆ ਜਿਹੜੀ ਸਾਈਡ ਆ ਜਿੱਥੇ ਹਲ ਚੱਲ ਰਹੇ ਸੀਗੇ ਜੀ, ਇਸ ਸਾਈਡ 'ਤੇ ਨਹੀਂ ਹੋਈ ਚਰੀ ਜੀ, ਅਤੇ ਇੱਥੇ ਦੁਬਾਰਾ ਛੱਟਾ ਦੇ ਕੇ ਕਹਿ ਲਓ ਕਿ ਹਲ ਚਲਾ ਕੇ ਦੁਬਾਰਾ ਛੱਟਾ ਦੇ ਕੇ ਜੀ ਹੁਣ ਸੁਹਾਗਾ ਦੇਣ ਲੱਗੇ ਹਾਂ ਜੀ। ਥੋੜ੍ਹਾ ਜਿਹਾ ਹੀ ਥਾਂ ਸੀਗਾ ਜੀ। ਬਾਕੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਇਹਨੂੰ, ਅਤੇ ਜਿਹੜੇ ਦੋਸਤ ਚੈਨਲ 'ਤੇ ਨਵੇਂ ਆਉਣ ਵਾਲੇ ਆ ਲਾਜ਼ਮੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਜੀ। ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਥੈਂਕ ਯੂ ਫਾਰ ਵਾਚ ਟਰੈਕਟਰ ਪੁਆਇੰਟ।